ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਦਿਹਾਤੀ ਟੈਲੈਂਟ ਪਾਕਿਸਤਾਨ ਨਾਜ਼ਰੀਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ਕੀਲ ਜੱਟ ਇੰਟਰਨੈਸ਼ਨਲ ਕਬੱਡੀ ਪਲੇਅਰ ਜਿਹੜੇ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਦੀ ਡੈਥ ਹੋਈ ਸੀ ਐਕਸੀਡੈਂਟ ਹੋਇਆ ਸੀ ਕਾਰ ਦੇ ਨਾਲ ਮੋਟਰਸਾਈਕਲ ਦਾ ਨਾਜ਼ਰੀਨ ਬਹੁਤ ਹੀ ਤਕੜੇ ਇਨਸਾਨ ਸੀ ਅੱਜ ਅਸੀਂ ਉਹਨਾਂ ਦੀ ਥੋੜੀ ਜਿਹੀ ਹਿਸਟਰੀ ਦੇ ਬਾਰੇ ਗੱਲ ਕਰਾਂਗੇ ਥੋੜੇ ਜਿਨੇ ਉਹਨਾਂ ਦੇ ਕੈਰੀਅਰ ਦੇ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੇ ਗੇਮ ਕਿਵੇਂ ਸਟਾਰਟ ਕੀਤੀ ਉਹਨਾਂ ਦੀ ਕੋਈ ਲਾਈਫ ਸਟੋਰੀ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਨਾਜ਼ਰੀਨ ਇਹ ਤੋਂ ਪਹਿਲੇ ਜਿਸ ਵੀਰ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਵੇ ਬੈਲ ਆਈਕਨ ਦੇ ਬਟਨ ਨੂੰ ਦਬਾ ਲ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅਸੀਂ ਸਟਾਰਟ ਕਰਦੇ ਹਾਂ ਸ਼ਕੀਲ ਜੱਟ ਇੰਟਰਨੈਸ਼ਨਲ ਕਬੱਡੀ ਪਲੇਅਰ ਦੀ ਲਾਈਫ ਦੇ ਬਾਰੇ ਤਾਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਨੇ ਗੇਮ ਦੀ ਸਟਾਰਟਿੰਗ ਗੇਮ ਕੀਤੀ ਸ਼ਕੀਲ ਜੱਟ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਰਹਿਣ ਵਾਲਾ ਸੀ ਸੂਬੇ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਜ਼ਿਲ੍ਹੇ ਦਾ ਨਾਂ ਟੋਬਟੇਕ ਸਿੰਘ ਤੇ 320 ਚੱਕ ਉਹਦੇ ਪਿੰਡ ਦਾ ਨਾਂ ਸੀ ਸ਼ਕੀਲ ਜੱਟ ਨੂੰ ਬੰਦੇ ਮਾਰ ਜੱਫੀ ਕਹਿੰਦੇ ਸੀ ਉਹਨੇ ਪਹਿਲੇ 골ਡ ਕੱਪ ਦੇ ਵਿੱਚ 32 33 ਜੱਫੇ ਲਾ ਕੇ ਉਹਨੇ ਆਰਮੀ ਦਾ ਨਾਮ ਰੋਸ਼ਨ ਕੀਤਾ ਆਪਣੀ ਟੀਮ ਦਾ ਨਾਮ ਰੋਸ਼ਨ ਕੀਤਾ ਉਸ ਵਜ੍ਹਾ ਤੋਂ ਉਹਨੂੰ ਬੰਦੇ ਮਾਰ ਕਹਿੰਦੇ ਸੀ ਨਾਜ਼ਰੀਨ ਤੁਹਾਨੂੰ ਇਹ ਦਸੀਏ ਕਿ ਸ਼ਕੀਲ ਜੱਟ ਇੰਡੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਪਾਕਿਸਤਾਨ ਦਾ ਝੰਡਾ ਲਹਿਰਾਇਆ ਹੈ ਬਹੁਤ ਹੀ ਵੱਡਾ ਨਾਮ ਨਾਜ਼ਰੀਨ ਆਰਮੀ ਦੇ ਪਲੇਅਰ ਸੀ ਇਹਨਾਂ ਦਾ ਤਲਕ ਆਰਮੀ ਨਾਲ ਸੀ ਔਰ ਇਹਨਾਂ ਨੇ ਚਾਰ ਪੰਜ ਨੈਸ਼ਨਲ ਖੇਡੀਆਂ ਨੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਗਏ ਨੇ ਉੱਥੇ ਵੀ ਬਹੁਤ ਹੀ ਚੰਗੀ ਗੇਮ ਕੀਤੀ ਇਹਨਾਂ ਨੇ ਉਤੁਬਾਦ ਦੋਅਲੇ 2016 ਵਾਲੇ ਵਿਲਡ ਕੱਪ ਦੇ ਵਿੱਚ ਬਹੁਤ ਹੀ ਤਕੜਾ ਖੇਡੇ ਨੇ ਨਾਜ਼ਰੀਨ ਤੁਹਾਨੂੰ ਇਹ ਦੱਸਦੇ ਚੱਲੀਏ ਕਿ ਆਰਮੀ ਦੇ ਵਿੱਚ ਰਹਿ ਕੇ ਇਹਨਾਂ ਨੇ ਬਹੁਤ ਹੀ ਵਧੀਆ ਖੇਡੇ ਹੈ ਬਹੁਤ ਹੀ ਤਕੜਾ ਖੇਡੇ ਹੈ ਜਿਹੜਾ ਇਹਨੂੰ ਕੋਈ ਵੀ ਨਹੀਂ ਭੁੱਲ ਸਕੇਗਾ ਅਸੀਂ ਵੀ ਨਹੀਂ ਭੁੱਲਾਂਗੇ ਜਿੰਨੀ ਇਹਨਾਂ ਨੇ ਗੇਮ ਕੀਤੀ ਬਹੁਤ ਤਕੜੀ ਗੇਮ ਕੀਤੀ ਨਾਜ਼ਰੀਨ ਇਹਨਾਂ ਦੀ ਜੌਬ ਸੀ ਤਕਰੀਬਨ ਇਹਨਾਂ ਨੇ 8 ਸਾਲ ਜੌਬ ਕੀਤੀ ਆਰਮੀ ਦੀ 8 ਸਾਲ ਸਰਵਿਸ ਹੋ ਗਈ ਸੀ ਨਾਜ਼ਰੀਨ ਤੁਹਾਨੂੰ ਪਤਾ ਹੈ ਕਿ ਬੜਾ ਵੱਡਾ ਸਾਨੀ ਹੋਇਆ ਸੀ ਪਾਕਿਸਤਾਨ ਦੇ ਵਿੱਚ ਲੇਕਿਨ ਉਹਦੇ باوجود ਮੈਚ ਹੋ ਰਹੇ ਨੇ ਨੈਸ਼ਨਲ ਹੋ ਰਹੀ ਹੈ ਖਿਡਾਰੀ ਖੇਡ ਰਹੇ ਨੇ ਕੋਈ ਕਿਸੇ ਨੂੰ ਪਰਵਾਹ ਨਹੀਂ ਅਸੀਂ ਕਮੈਂਟਰੀ ਦੇ ਵਿੱਚ ਨਹੀਂ ਸੁਣਿਆ ਕਿ ਸ਼ਕੀਲ ਜੱਟ ਦਾ ਕਿਸੇ ਕਮੈਂਟਰ ਨੇ ਨਾ ਚੁੱਕਿਆ ਹੋਵੇ ਸੈਮੀਫਾਈਨਲ ਹੋਏ ਨੇ ਨਾਜ਼ਰੀਨ ਸਾਰਿਆਂ ਨੂੰ ਅਪੀਲ ਹੈ ਕਿ ਜਦੋਂ ਪਲੇਅਰ ਖੇਡਦਾ ਹੈ ਜਦੋਂ ਪਲੇਅਰ ਤੁਹਾਡੀ ਇੱਜ਼ਤ ਬਣਾਉਂਦਾ ਹੈ ਪਾਕਿਸਤਾਨ ਦੀ ਇੱਜ਼ਤ ਬਣਾਉਂਦਾ ਸਾਡੀ ਇੱਜ਼ਤ ਬਣਾਉਂਦਾ ਉਹਦੋਂ ਅਸੀਂ ਬੜੇ ਖੁਸ਼ ਹੋਨੇ ਆ ਜਦੋਂ ਪਲੇਅਰ ਨੂੰ ਇੰਜਰੀ ਹੋ ਜਾਵੇ ਜਾਂ ਅੱਲਾ ਨੂੰ ਪਿਆਰਾ ਹੋ ਜਾਵੇ ਤੇ ਫਿਰ ਸਾਨੂੰ ਉਸ ਸਾਥ ਦੇਣਾ ਚਾਹੀਦਾ ਹੈ ਸਭ ਤੋਂ ਪਹਿਲੇ ਕਿ ਕੁਝ ਪੜੋ ਪੜ੍ਹ ਕੇ ਤੇ ਉਹਦੇ ਮਿਲਖ ਕਰੋ ਉਧਰੂਦ ਉਮਿਲਖ ਕਰੋ ਕਿ ਅੱਲਾ ਪਾਕ ਉਹਨੂੰ ਜੰਨਤ ਫਿਰਦੌਸ ਜਿਹਾ اعلی ਮਕਾਮ عطا ਫਰਮਾਵੇ ਔਰ ਜਿੰਨੇ ਵੀ ਸਾਡੇ ਪਲੇਅਰ ਪਲੇਅਰਾਂ ਨੂੰ ਇੰਜਰੀ ਹੋਈਆਂ ਨੇ ਅੱਲਾ ਉਹਨਾਂ ਦੀ ਇੰਜਰੀ ਠੀਕ ਕਰੇ ਔਰ ਜਿਹੜੇ ਖੇਡ ਰਹੇ ਨੇ ਅੱਲਾ ਪਾਕ ਉਹਨਾਂ ਨੂੰ ਸਦਾ ਸਲਾਮਤ ਰੱਖੇ ਬਹੁਤ ਸ਼ੁਕਰੀਆ